75ਵਾਂ ਗਣਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਰੋਪੜ ਜ਼ਿਲ੍ਹੇ ਦੇ ਵਿੱਚ, ਸਾਰੇ ਸਕੂਲ ਆਪਣਾ ਆਪਣੇ ਪਰਫਾਰਮੈਂਸ ਕਰਦੇ ਨੇ, ਅਤੇ ਇਸ ਟਾਈਮ ਤੁਸੀਂ ਸਾਡੇ ਜਿਹੜੇ ਬੱਚੇ ਆ ਸਕੂਲ ਦੇ ਉਹ ਤੁਸੀਂ ਦੇਖ ਰਹੇ ਹੋ, ਉਹਨਾਂ ਦਾ ਟੀਚਰ ਸਾਹਿਬਾਨ ਔਰ ਸਾਰੇ ਪਹੁੰਚੇ ਆ, ਅਤੇ ਸਾਡੇ ਨਾਲ ਬੱਚੇ ਜੁੜ ਰਹੇ। ਬੱਚੇ ਕੀ ਨਾਮ ਹੈ? ਜਸਲੀਨ ਕੌਰ। ਜਸਲੀਨ ਕੌਰ, ਅੱਜ ਤੁਸੀਂ ਸਕੂਲ ਤੋਂ ਪਹਿਲੀ ਗੱਲ ਕਰਾਂਗੇ ਆਪਾਂ, ਕਿਹੜੇ ਸਕੂਲ ਤੋਂ ਪਹੁੰਚੇ? ਸਤਲੁਜ ਪਬਲਿਕ ਸਕੂਲ ਹਸਨਪੁਰ। ਅੱਜ ਤੁਸੀਂ ਸਵੇਰੇ ਜਦੋਂ ਉੱਠੇ ਆ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਖੁਸ਼ੀ ਸੀ ਜਾਂ ਕੋਈ ਡਰ ਸੀ ਵੀ ਅੱਜ ਅਸੀਂ ਸਟੇਡੀਅਮ ਦੇ ਵਿੱਚ ਜਾਣਾ ਹੈ, ਸਾਰੇ ਸਕੂਲਾਂ ਦੇ ਮੂਹਰੇ ਪਰਫੋਰਮੈਂਸ ਕਰਨਾ ਹੈ, ਕਿਵੇਂ ਦਾ ਸੀ? ਸਰ, ਖੁਸ਼ੀ ਵੀ ਸੀਗੀ ਕਿ ਇੰਨਾ ਵੱਡਾ ਮੌਕਾ ਮਿਲ ਰਿਹਾ, ਅਤੇ ਥੋੜ੍ਹਾ ਡਰ ਵੀ ਲੱਗ ਰਿਹਾ ਸੀ ਕਿ ਇੰਨੇ ਵੱਡੇ ਜਗ੍ਹਾ 'ਤੇ ਆ ਕੇ ਕਰਨਾ, ਤਾਂ ਦੋਨੋਂ ਇਮੋਸ਼ਨ ਸੀਗੇ, ਖੁਸ਼ੀ ਅਤੇ ਹੈ ਨਾ ਨਰਵਸ ਸੀਗਾ। ਹਾਂਜੀ, ਅਤੇ ਕਿਵੇਂ ਲੱਗਿਆ ਪਰਫੋਰਮੈਂਸ ਕਰਨ ਤੋਂ ਬਾਅਦ, ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਕਿ ਹੈ ਨਾ ਇੱਥੇ ਆ ਕੇ ਆਪਾਂ ਨੇ ਕੀਤਾ, ਹੈ ਨਾ, ਫਿਰ ਵਧੀਆ ਲੱਗਿਆ ਕਿ ਕੁਛ ਆਪਣੇ ਦੇਸ਼ ਲਈ ਕਰਨ ਨੂੰ, ਮਤਲਬ ਕੁਛ ਕੀਤਾ ਆਪਾਂ ਨੇ, ਹੈ ਨਾ ਇਸ। ਹਾਂਜੀ, ਅਤੇ ਕਿਵੇਂ ਆਪਣੇ ਸਕੂਲ ਨੂੰ ਔਰ ਆਪਣੀ ਪਰਫੋਰਮੈਂਸ ਨੂੰ 100 ਦੇ ਵਿੱਚੋਂ ਜੇ ਨੰਬਰ ਦੇਣਾ ਚਾਹੀਏ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਿੰਨਾ ਦਿਓਗੇ? 99। ਹਾਂਜੀ, ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜਾ ਸਕੂਲ ਹੈ, ਜਿਹੜਾ ਤੁਹਾਡੀ ਤਿਆਰੀ ਕੀਤੀ ਗਈ ਹੈ, ਪੇਰੈਂਟਸ ਦਾ ਤਾਂ ਰੋਲ ਹੁੰਦਾ ਹੀ ਆ, ਟੀਚਰ ਦਾ ਸਹਿਬਾਨ ਦੇ ਜਿਹੜਾ ਤੁਹਾਡੇ ਕਿੰਨਾ ਕੁ ਜਿਹੜਾ ਰੋਲ ਸੀ? ਸਰ, ਬਹੁਤ ਰੋਲ ਸੀਗਾ, ਉਹਨਾਂ ਦੇ ਕਾਰਨ ਹੀ ਹੋਇਆ, ਜੇ ਉਹਨਾਂ ਨੇ ਗਾਈਡ ਨਹੀਂ ਕੀਤਾ ਹੁੰਦਾ ਤਾਂ ਆਪਾਂ ਨਹੀਂ ਕਰ ਪਾਉਂਦੇ, ਉਹਨਾਂ ਦੇ ਗਾਈਡ ਦੇ ਕਾਰਨ ਹੀ ਆਪਾਂ ਲਾਈਕ ਸਾਰੇ ਕਰ ਪਾਏ ਸਾਰਾ ਕੁਛ ਕੰਮ, ਤਾਂ ਉਹਨਾਂ ਦਾ ਵੀ ਬਹੁਤ ਰੋਲ ਸੀਗਾ ਇਸ ਚੀਜ਼ ਦਾ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਨੇ ਕਿਰਪਾਲ ਸਿੰਘ ਲੋਗੜ।